اسلام علیکم ویور، امید کریں کہ تو سب خیر خیریت نال ہوسو۔ تے میں اس ٹائم آیا ہوا ہاں اپنے گاؤں کزن دی شادی تے، تے ماشاءاللہ انہاں دے گھر بیٹھا ہوا ہاں۔ تے گھر ماشاءاللہ بہت ہی خوبصورت پینٹ کرایا ہے، تے گھر بھی ماشاءاللہ ویسے بھی بہت خوبصورت ہے پیا۔ تے اج ہونی انہاں دی بارات، تے کل اسی انشاءاللہ ولیمہ۔ ਇਹ ਕਜ਼ਨ ਆਉਂਦਾ ਪਏ ਮਾਸ਼ਾਅੱਲਾ ਜਿਹੜਾ ਨਾ ਇੰਜਵਾਨ ਦੀ ਸ਼ਾਦੀ ਹੈ। ਮਜ਼ੀਦ ਵੀਡੀਓ ਦਾ ਵੱਲ ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ। ਅੱਛਾ ਇਹ ਕਿਆ ਦਾਣੇ ਹਨ? ਟਮਾਟਰ ਦਾ ਬਦਾਮ ਆਪ ਤਾਂ ਨਾ ਖਾਵੇ ਸੀ ਭਾਈ ਰੋਟੀ ਪੱਕੜ ਦੀ ਦੇ ਰਹੇ ਤੇ ਬਾਦੀ ਤਾਂ ਰਸ਼ ਦੀ ਖਾਇ ਤੁਸਾਂ। ਜਿਲ੍ਹਾ ਅਸੀਂ ਤੇ ਚਾਬੀ ਦਾ ਪਤਾ ਇਹ ਮੋਟਰਸਾਈਕਲ ਰਾਤੇ ਕੋ ਨਾ ਦਿੱਤੀ ਆ ਇਹ ਦਹੀਂ ਚਵਾ ਵਾ ਚਾਚੇ ਦੀ ਵੀਡੀਓ ਦਾ ਬਣਾਵਾਂ। ਅੱਲਾਹ ਦਿੱਤਾ ਸੱਜ ਵੱਧੇ ਥੱਕਾ ਕਿਵੇਂ ਤੇ ਹੁਣ ਚੋਖਾ ਦੇਗਾ ਪੱਗ ਚੋਖਿਆ ਇਹ ਤਰਾਏ ਹਾਲੀ ਪੱਕੇ ਇਹ ਦਰਦੇ ਜਾ। ਅੱਛਾ ਉਹ ਗੋਸ਼ਤ ਹੈ ਭਰਨਾ ਪੈਣ ਘਰ ਬੀਵੀ ਦਾਠੀ ਵੀ ਘੱਟ ਘੱਟ ਮੀਆਂ ਕਿਉਂ ਜੋ ਹੁਣ ਬੰਦੇ ਆਉਂਦੇ ਭੈਣ ਨਾ ਰੋਟੀ ਪਕਾਉਣ ਵਾਲਿਆਂ ਦੀ ਵੀ ਬੜੀ ਹਿੰਮਤ ਹੈ। ਕਈ ਤਾਂ ਨਹੀਂ ਗਰਮੀ ਦੇ ਵਿੱਚ ਰੋਟੀ ਪਕਾਉਂਦੇ ਬੈਠੇ
ਇੱਥੇ ਗਰਮੀ ਦੇ ਵਿੱਚ ਜਿਹੜਾ ਨਾ ਅੱਗ ਦੇ ਅੱਗੇ ਬਾਹਣ ਵੀ ਬਹੁਤ ਜ਼ਿਆਦਾ ਜਿਹੜਾ ਨਾ ਮਿਹਨਤ ਵਾਲਾ ਕੰਮ ਹੁੰਦਾ ਦੇਖ ਕੇ ਖਿਲਦਾ ਬੇਟਾ ਜਿੱਦਾਂ ਦੀ ਵੀਡੀਓ ਬਣਦੀ ਸੀ ਠੀਕ ਹੈ ਵੀਰ ਇੱਥੋਂ ਕਰਨੇ ਵੀਡੀਓ ਦਾ ਐਂਡ ਅਤੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਹੈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੈ ਸ਼ੁਕਰੀਆ। ਰੋਟੀ ਖਾ ਕਿੰਨੇ ਬਾਅਦ ਹੈ ਕਹਿੰਦਾ ਟਾਈਮ ਮਿਲਦੇ।